गुरुद्वारा दुआबा श्री गुरु सिंह सभा चौक अड्डा होशियारपुर जालंधर की ओर से 362वां मासिक गुरमत समागम आयोजित करवाया गया, जिसमें भाई मेहताब सिंह जालंधर वाले, भाई हरजीत सिंह, भाई पवनीत सिंह, भाई गुरपाल सिंह ने कीर्तन कर उपस्थित संगत को निहाल किया। इस दौरान अरदास के उपरांत गुरु का अटूट लंगर भी वितरित किया गया। इस अवसर पर गुरुद्वारा प्रबंधक कमेटी के चेयरमैन परमजीत सिंह हीरा भाटिया, प्रधान अमृतपाल सिंह भाटिया, जनरल सचिव मक्खन सिंह, बूटा सिंह, बाबा सतवीर सिंह, दीदार सिंह, जत्थेदार सरदार सिंह, मनमहिंदर सिंह संदल, बीवी हरजिंदर कौर, बीवी सुरेंद्र कौर, बीवी परमिंदर कौर, बीवी रुपिंदर कौर सहित बड़ी संख्या में संगत मौजूद रही। जालंधर से हलचल के लिए कैमरामैन सुदेश भगत की रिपोर्ट। ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਆਬਾ ਸ਼੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵਿਖੇ 362ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਇੱਚੇ ਤੌਰ 'ਤੇ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ, ਭਾਈ ਹਰਜੀਤ ਸਿੰਘ ਜੀ, ਭਾਈ ਪਵਨੀਤ ਸਿੰਘ, ਭਾਈ ਗੁਰਪਾਲ ਸਿੰਘ ਜੀ ਹੋਰਾਂ ਨੇ ਰਸਪਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਰਤਨ ਸੁਣਾ ਕੇ ਸੰਗਤਾਂ ਬਾਗੋ ਬਾਗ ਹੋਈਆਂ। ਅਰਦਾਸ ਉਪਰੰਤ
ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਅਵਸਰ ਤੇ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ, ਜਨਰਲ ਸਕੱਤਰ ਮੱਖਣ ਸਿੰਘ, ਬੂਟਾ ਸਿੰਘ, ਸਤਵੀਰ ਸਿੰਘ, ਦੀਦਾਰ ਸਿੰਘ, ਜਥੇਦਾਰ ਸਰਦਾਰਾ ਸਿੰਘ ਮੱਕੜ, ਮਨਮਹਿੰਦਰ ਸਿੰਘ ਸੰਦਲ, ਬੀਬੀ ਹਰਜਿੰਦਰ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਪਰਮਿੰਦਰ ਕੌਰ, ਬੀਬੀ ਰੁਪਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ, ਜਿੱਥੇ ਅਸੀਂ ਸੰਗਤਾਂ ਨੂੰ ਜੀਆਂ ਕਹਿੰਦੇ ਹਾਂ। ਉਹਦੇ ਨਾਲ ਹੀ ਅਸੀਂ ਹਲਚਲ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ, ਜਿਹੜਾ ਕਿ ਸਾਡੇ ਇੱਥੇ ਧਾਰਮਿਕ ਜਿੰਨੇ ਵੀ ਪ੍ਰੋਗਰਾਮ ਹੁੰਦੇ ਹਨ ਉਹ ਇਹਦੇ ਰਿਕਾਰਡਿੰਗ ਕਰਕੇ ਦੁਨੀਆ ਤੱਕ ਪਹੁੰਚਾਉਂਦੇ ਹਨ। ਇਹਨਾਂ ਦਾ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਔਰ ਜੀ ਆਇਆਂ ਨੂੰ।